ਹਏ ਮੰਨੀ ਦਾ ਫੋਨ ਆ ਗਿਆ ਕਿਤੇ ਆ ਹੀ ਨਾ ਜਾਵੇ ਚੁੱਕ ਕੇ ਫੋਨ ਵੇਖਦੀ ਹਾਂ ਹੈਲੋ ਸਤਿ ਸ਼੍ਰੀ ਅਕਾਲ ਦੀਦੀ ਸਤਿ ਸ਼੍ਰੀ ਅਕਾਲ ਭਾਬੀ ਜੀ ਕਿੱਦਾਂ ਬਸ ਵਧੀਆ ਤੁਸੀਂ ਦੱਸੋ ਵਧੀਆ ਵਧੀਆ ਹੋਰ ਕੀ ਬਣਦਾ ਕੁਛ ਨਹੀਂ ਬਣਨਾ ਕੀ ਵਿਹਲੇ ਹੋਰ ਘਰੇ ਕਿੱਦਾਂ ਸਾਰੇ ਸਾਰੇ ਵਧੀਆ ਠੀਕ ਠਾਕ ਤੁਸੀਂ ਸੁਣਾਓ ਕੀ ਕਰਦੇ ਸੀ ਕੁਛ ਨਹੀਂ ਮੈਂ ਫੋਨ ਕੀਤਾ ਸੀ ਮੈਂ ਆਹੀ ਆਉਣਾ ਅੱਜ ਅਸੀਂ ਤਿਆਰੀ ਕੀਤੀ ਸੀ ਆਉਣ ਦੀ ਠੀਕ ਆ ਕੋਈ ਨਹੀਂ ਆ ਜਿਓ फटाफट लकोई लैनी पहला समान ही जाके ਜਾ ਪਾਣੀ ਲੈ ਕੇ ਦੇ ਪਾਣੀ ਤੇ ਮੈਂ ਤੁਹਾਨੂੰ ਦਿੰਨੀ ਆ ਹਾਂ ਮੰਨੀ ਦਾ ਫੋਨ ਆਇਆ ਸੀ ਕੀ ਆਂਦੀ ਆ ਤੇ ਉਹ ਆਉਂਦੀ ਆ ਤੇ ਉਹਨੂੰ ਲੈ ਆਇਓ ਜਾ ਕੇ ਲੈ ਫੇਰ ਬੜੀ ਵਧੀਆ ਗੱਲ ਆ ਆਓ ਤੇ ਉਹਨੂੰ ਲੈ ਆਇਓ ਸੱਚ ਆ ਕੇ ਠੀਕ ਆ ਠੀਕ ਕਦੋਂ ਕੋਣਾ ਬਸ ਕਹਿੰਦੇ 10 ਮਿੰਟ ਤੱਕ ਤੁਰ ਪੈਣਾ ਆਪਾਂ ਤੇ ਜਦੋਂ ਆਉਗੇ ਤੇ ਫੇਰ ਫੋਨ ਕਰ ਦੇਣਗੇ ਤੇ ਲੈ ਆਇਓ ਜਾ ਕੇ ਤਾਂ ਲੈ ਆਉਣਾ ਕੋਈ ਨਹੀਂ ਪਾਣੀ ਲਿਆਵਾਂ ਨਾ ਲਿਆਉਣੀ ਠੀਕ ਆ ਆ ਲੋ ਪਾਣੀ ਲਾ चल ठीक है नु कर फोन फिर किथे आ गई मैं लेवा ठीक है जाओ ले आओ फोन करके पूछ ले करी पूछ ले ठीक है चलो मारो तेरी गल चलो कोई नी बथेरे नवे नवे लेंदी आ इथों लै के जाऊंगी हुण बैजो तुसीं भी पी लो बस पीओ तुसीं ਹੋਰ ਸੁਣਾਓ ਫਿਰ ਬਸ ਵਧੀਆ ਠੀਕ ਠਾਕ ਤੁਸੀਂ ਦੱਸੋ ਹਾਂ ਬਸ ਵਧੀਆ ਆਪਣਾ ਵੀ ਘਰੇ ਸਭ ਠੀਕ ਠਾਕ ਸੀ ਘਰੇ ਸਾਰੇ ਵਧੀਆ ਵਧੀਆ ਚਾਹੀਦਾ ਹੋਰ ਭਾਜੀ ਨੂੰ ਲੈਣਾ ਸੀ ਉਹ ਮੈਨੂੰ ਕਹਿੰਦੇ ਮੈਂ ਲੈਣਾ ਆਊਂਗਾ ਤੂੰ ਰਹਿ ਲਾ 4 ਦਿਨ ਚਲੋ ਠੀਕ ਆ ਕੋਈ ਨਹੀਂ ਰਹੋ ਹਾਂਜੀ ਹੋਰ ਬਸ ਵਧੀਆ ਆ ਵੀਰ ਵਧੀਆ ਰਹਿੰਦਾ ਹਾਂਜੀ ਵਧੀਆ ਲੜਦਾ ਲੁੜਦਾ ਤਾਂ ਨਹੀਂ 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 ਹੁਣ ਤਾਂ ਨਹੀਂ ਠੀਕ ਆ ਹਏ ਭਾਬੀ ਛਾਪ ਕਿੰਨੀ ਸੋਹਣੀ ਆ ਕਿੱਥੋਂ ਲਈ ਆ ਇਹ ਸ਼ੇਰੇ ਨੇ ਲੈ ਕੇ ਦਿੱਤੀ ਸੀ ਕੱਲ ਬੜੀ ਸੋਹਣੀ ਛਾਪ ਆ ਲੈ ਸ਼ਾਪ ਤੇ ਗਈ ਮੇਰੀ ਜਦੋਂ ਆਉਂਦੀ ਕੋਈ ਨਾ ਕੋਈ ਚੀਜ਼ ਖੋ ਕੇ ਲੈ ਜਾਂਦੀ ਆ ਸ਼ਾਪ ਦਾ ਮੈਨੂੰ ਚੇਤਾ ਹੀ ਭੁੱਲ ਗਿਆ ਲਾ ਕੇ ਰੱਖਣ ਦਾ ਦੇਖੀ ਮਗਰੋਂ ਪਹਿਲਾਂ ਖੋਲੀ ਆ ਐਡੀ ਭੁੱਖੀ ਹੈਗੀ ਆ ਕੱਲ੍ਹ ਦੇ ਵਿਚਾਰੇ ਨੇ ਲਿਆ ਕੇ ਦਿੱਤੀ ਚਾਹ ਵੀ ਨਹੀਂ ਲੱਥਣ ਦਿੱਤਾ ਰਾਜਵਿੰਦਰ ਕੀ ਗੱਲ ਹੋਈ ਆ ਹੁਣ ਆ ਗਈ ਬੀਜੀ ਮੈਂ ਜੋ ਦਾਦੀ ਆ ਤੁਹਾਨੂੰ ਹਾਂਜੀ ਆ ਮੰਨੀ ਦੀ ਵੇਖ ਲਓ ਆਤ ਕਿੱਦਾਂ ਦੀ ਆ ਜਿਹੜੀ ਕੋਈ ਚੀਜ਼ ਹੁੰਦੀ ਉਹੀ ਖੋ ਕੇ ਲੈ ਜਾਂਦੀ ਮੇਰੇ ਕੋਲੋਂ ਤੇ ਪੁੱਤ ਤੂੰ ਦੇਣੀ ਨਹੀਂ ਨਾ ਉਹਨੂੰ ਨਵੀਂ ਬਣਵਾ ਦਿੰਦੇ ਉਹਨੇ ਮੇਰੇ ਹੱਥੋਂ ਹੀ ਲਾ ਲਈ ਇੱਦਾਂ ਨਾ ਕਰਿਆ ਕਰੋ ਜਿਹੜੀ ਚੀਜ਼ ਮੰਗ ਮੈਨੂੰ ਆਖਣਾ ਮੈਂ ਸਮਝਣਾ ਵਾ ਵੀ ਜਿਹੜੀ ਚੀਜ਼ ਦੀ ਲੋੜ ਹੁੰਦੀ ਆ ਉਹਨੂੰ ਦੱਸ ਦਿਆ ਕਰ ਅਸੀਂ ਤੈਨੂੰ ਬਣਵਾ ਦਿਆ ਕਰਾਂਗੇ ਕੱਲ੍ਹ ਅਜੇ ਸ਼ੇਰੇ ਨੇ ਮੈਨੂੰ ਛਾਪ ਲਿਆ ਕੇ ਦਿੱਤੀ ਮੇਰਾ ਚਾਹ ਵੀ ਨਹੀਂ ਲੱਥਾ ਤਾਂ ਉਹਨਾਂ ਨੇ ਵੇਖਦਿਆਂ ਵੇਖਦਿਆਂ
ਹੱਥੋਂ ਹੀ ਲਾ ਲਈ ਤੇ ਪਾ ਲਈ ਆ ਤੇ ਕਹਿੰਦੇ ਬਹੁਤ ਸੋਹਣੀ ਮੈਂ ਰੱਖ ਲੈਣੀ ਆ। ਦੱਸ ਇਦਾਂ ਨਹੀਂ ਨਾ ਕਰਨੀ ਚਾਹੀਦੀ। ਹੁਣ ਕਿੱਥੇ ਆ ਉਹਨੂੰ ਮੈਂ ਮਿਲ ਕੇ ਆਵਾਂ ਤਾਂ ਉਹਨੂੰ ਸਮਝਾਉਣੀ ਉੱਥੇ ਅੰਦਰ ਬੈਠੇ ਆ। ਜਾਵਾਂ ਹੁਣ ਮੈਂ? ਜਾਓ ਮਿਲਿਓ। ਮਨਪ੍ਰੀਤ ਰਾਣੀਆ। ਹਾਂ ਸਤਿ ਸ਼੍ਰੀ ਅਕਾਲ ਬੀਬੀ। ਸਤਿ ਸ਼੍ਰੀ ਅਕਾਲ। ਠੀਕ ਠਾਕ? ਵਧੀਆ ਵਧੀਆ, ਤੁਸੀਂ ਦੱਸੋ? ਮੈਂ ਵੀ ਠੀਕ ਵਾਂ। ਹੋਰ ਸਿਹਤਾਂ ਠੀਕ ਆ? ਹਾਂ ਸਿਹਤਾਂ ਠੀਕ ਠਾਕ ਆ ਰਾਣੀ ਜੀ। ਅੱਛਾ ਹਾਂਜੀ। ਹੋਰ? ਹਾਂ ਬਸ ਵਧੀਆ ਠੀਕ। ਮੰਮੀ ਡੈਡੀ ਡੈਡੀ ਦਾ? ਮੰਮੀ ਡੈਡੀ ਸਾਰੇ ਵਧੀਆ। ਚਲੋ ਸ਼ੁਕਰ ਆ, ਵਧੀਆ ਚਾਹੀਦਾ। ਹੋਰ? ਮੈਂ ਕਿਹਾ ਚੱਲ 4 ਦਿਨ ਰਹਿ ਆਉਂਦੇ ਆ। ਚੱਲ ਕੋਈ ਗੱਲ ਨਹੀਂ ਗੀ, ਫੇਰ ਬੜਾ ਚਿਰ ਹੋ ਗਿਆ ਮੈਂ ਰਹਿ ਕੇ ਨਹੀਂ ਗਈ। ਫੇਰ ਕੀ ਆ, ਸਗੋਂ ਚੰਗਾ ਕੀਤਾ ਨਹੀਂ ਰਹਿ ਕੇ ਗਈ ਤੇ। ਹੋਰ ਵਧੀਆ ਹੋ ਗਿਆ ਵਾ। ਸਹਿਜ ਨੇ ਆਉਣਾ, ਮੈਨੂੰ ਲੈਣਾ, ਮੈਨੂੰ ਕਹਿਣ ਡੇ ਰਹਿ ਲਈ ਤੂੰ 4 ਦਿਨ। ਅੱਛਾ ਚਲੋ ਸ਼ੁਕਰ, ਨਾਲ ਮਿਲ ਗਿਲ ਜਾਊਗਾ। ਹੋਰ ਵਧੀਆ ਹੋ ਜਾਊਗਾ। ਮੇਰੀ ਗੱਲ ਸੁਣ, ਜਦੋਂ ਕੋਈ ਕੰਮ ਕਰਨਾ ਹੋਵੇ ਨਾ, ਉਦੋਂ ਵੱਡਿਆਂ ਨੂੰ ਪੁੱਛ ਲੈਣਾ ਚਾਹੀਦਾ। ਉਹਨੂੰ ਮੰਮੀ ਡੈਡੀ ਆਖਣਾ, ਆਹ ਗੱਲ ਐਮ ਕਰਨੀ ਆ, ਮੰਮੀ ਆਹ ਕੀ ਬਣਾਉਣਾ ਵਾ, ਆਹ ਕੀ ਕਰਨਾ ਵਾ, ਅਤੇ ਇੱਕਦਮ ਹੀ ਨਹੀਂ ਆਪਣੇ ਆਪ ਹੀ ਨਹੀਂ ਸਭ ਕਰਨਾ। ਦੱਸ ਕੀ ਕਰਾਂ, ਮੈਂ ਗੱਲਾਂ ਕਰਨ ਡਈ ਹਾਂ ਤਾਂ ਉਹਦੇ ਸੌਂ ਹੀ ਗਈ ਆ। ਚੱਲ ਨਹੀਂ ਤਾਂ ਫਿਰ ਮੁੜ ਕੇ ਆ ਕੇ ਗੱਲਾਂ ਕਰ ਲਵਾਂ, ਹੋਰ ਹੁਣ ਕੀ ਕਰਨਾ ਵਾ। ਸ਼ੁਕਰ ਹੀ ਹੋਇਆ ਬੀਬੀ ਗਈ। ਬੀਬੀ ਨੇ ਵੀ ਸਿਰ ਹੀ ਖਾ ਲਿਆ ਲੈ ਲਾਗੇ ਬਹਿ ਕੇ। ਹੁਣ ਵੇਖਦੀ ਆ ਸਮਾਨ। ਅੱਛਾ ਇਹਦੀ ਚਾਬੀ ਨਾਲ ਹੀ ਲੈਂਦੀ ਆ, ਇਹਦੇ 'ਚ ਤਾਂ ਉੱਦਾਂ ਨਹੀਂ ਕੁਛ ਹੋਣਾ। ਇਹਦੀ ਚਾਬੀ ਮੈਡਮ ਨੇ ਕੱਢ ਲਈ ਆ। ਲੈ ਵੀ ਬਹੁਤੀ ਚਲਾਕ ਭਾਬੀ, ਉਹਦਾ ਰਾਧਾ ਹੀ ਛਦੈਣੀ ਆ। ਪਰ ਇਹਨੂੰ ਕੀ ਪਤਾ ਵਾ ਇਹਦੇ ਤੋਂ ਵੀ ਚਾਰ ਰਾਤੀਆਂ ਤਾਂ ਹੀ ਆ, ਇੱਥੇ ਕਿਤੇ ਹੋਣੀ ਚਾਬੀ ਲੱਭ ਲੈਂਦੇ। ਅੱਛਾ ਚਾਬੀ ਦਿੱਤੇ ਰੱਖੀ, ਕੱਢ ਕੇ ਜਿੱਦਾਂ ਮੈਨੂੰ ਪਤਾ ਹੀ ਨਹੀਂ ਲੱਗਣਾ। ਹਾਂਜੀ ਇਹਨਾਂ ਨੂੰ ਕੀ ਪਤਾ ਵਾ ਚਾਰ ਰਾਤੀਆਂ ਤਾਂ ਹੀ ਆ। ਲੈ ਮੈਡਮ ਨੇ ਸੂਟ ਹੀ ਬੜੇ ਨਵੇਂ ਨਵੇਂ ਸਵਾ ਕੇ ਰੱਖੇ ਆ ਬੱਲੇ। ਤੇ ਉੱਤੋਂ ਵੇਖ ਸਾਰੇ ਸੂਟਾਂ ਦੇ ਨਾਲ ਦੇ ਸੈੱਟ ਰੱਖੇ ਆ। ਕੋਈ ਨਹੀਂ ਇਹ ਸਾਰੇ ਸੋਹਣੇ, ਇਹ ਸਾਰੇ ਲੈ ਜਾਣੇ ਮੈਂ ਹੁਣ ਬੱਲੇ। ਦੱਸਦੀ ਨਹੀਂ ਉਦਾਂ ਐਡੀ ਇਹ ਚਲਾਕ ਆ, ਪਹਿਲਾਂ ਹੀ ਲੁਕਾ ਲੈਂਦੀ ਸਮਾਨ। ਇਹਨਾਂ ਚੋਂ ਆਹ ਵਾਲਾ ਸੂਟ ਲੈ ਜਾਂਦੀ, ਆਹ ਸੋਹਣਾ ਸੂਟ। ਆਹ ਚੁੰਨੀ ਲੈ ਕੇ ਦਿੰਦੀ ਭਲਾ, ਕਿੱਦਾਂ ਦੀ ਲੱਗਦੀ ਆ, ਇੱਦਾਂ ਕਰੂੰਗੀ। ਚਾਬੀ ਤੁਸੀਂ ਇੱਥੇ ਕਿਤੇ ਰੱਖੀ ਹੋਣੀ, ਮੈਨੂੰ ਪਹਿਲਾਂ ਹੀ ਪਤਾ ਹੁੰਦਾ ਚਾਬੀ ਤੁਹਾਡੇ ਉੱਤੇ ਹੁੰਦੀ ਆ। ਸੋਹਣਾ ਲੱਗਣਾ? ਸੋਹਣਾ ਭਾਬੀ ਨੇ ਤਾਂ ਸਮਾਨ ਹੀ ਬੜਾ ਲਿਆ ਯਾਰ। ਹੈ ਭਾਬੀ ਇਹਨਾਂ ਚ ਮੈਨੂੰ ਹੁਣ ਪਸੰਦ ਆ ਗਿਆ, ਜਿਹੜਾ ਪਸੰਦ ਆਊਗਾ ਮੈਂ ਲੈ ਲੈਣਾ ਵਾ। ਲੈ ਲਿਓ ਕੋਈ ਨੀ। ਰੋਟੀ ਫਿਰ? ਹਾਂ ਰੋਟੀ ਤੁਸੀਂ ਲੈ ਆਓ, ਬੜੀ ਭੁੱਖ ਲੱਗੀ ਮੈਨੂੰ ਅੱਗੇ। ਲਿਆਉਂਗੀ। ਲੈ ਆਓ ਲੈ ਆਓ। ਆਹ ਵੀ ਜਿੰਨੀ ਸੋਹਣੀ ਆ, ਹੁਣ ਆਹ ਲੈ ਕੇ ਦੇਖਦੀ ਆ। ਬਾਹਲੀ ਭੁੱਖੀ ਆ ਸੁੱਚੀ, ਕੋਈ ਚੀਜ਼ ਵੇਖ ਲਿਆ ਸਹੀ, ਖੋਣ ਦੀ ਕਰਦੀ ਫਟਾਫਟ ਵੀ ਲੈ ਜਾਵਾਂ। ਦਾਦੀ ਆ ਸ਼ੇਰ ਨੂੰ ਆਉਂਦੇ ਆ ਤਾਂ, ਕਿੰਨੀ ਭੁੱਖੀ ਆ ਤੇਰੀ ਭੈਣ। ਚਾਹ ਬਣ ਗਈ ਰਾਜਿੰਦਰ? ਆਹ ਰੱਖੀ ਆ ਚਾਹ, ਇੱਧਰ ਆ ਪਹਿਲਾਂ ਮੇਰੀ ਗੱਲ ਸੁਣੋ। ਹਾਂ ਆਪਣੀ ਭੈਣ ਨੂੰ ਸਮਝਾ ਲਓ ਯਾਰ। ਨਾ ਕੁਛ ਨਹੀਂ, ਨਾ ਦੱਸਦੀ, ਜਿਹੜੀ ਕੋਈ ਚੀਜ਼ ਚੁੱਕਦੀ ਉਹ ਲੈ ਜਾਂਦੀ ਆ। ਚੱਲ ਕੋਈ ਨਹੀਂ ਭੈਣ ਆ ਮੇਰੀ, ਭੈਣ ਆ ਚੀਜ਼ ਮੇਰੀ ਭੁੱਖਿਆ ਹੋਊਗਾ ਲੈ ਜਾਂਦੀ, ਲੰਬਾਰੀਆਂ ਖੋਲੀਆਂ ਨਹੀਂ ਬਿਨਾ ਪੁੱਛੇ, ਮਤਲਬ ਪੁੱਛ ਨਹੀਂ ਸਕਦਾ ਹੀ ਨਾ। ਚੱਲ ਕੋਈ ਗੱਲ ਨਹੀਂ ਕੁੜੀ ਆਪਣੀ, ਫਿਰ ਕਿਹੜੀ ਗੱਲ ਆ, ਭੈਣ ਨਿੱਕੀ ਛੋਟੀ। ਹਾਏ ਭੈਣ ਤਾਂ ਹੈਗੀ ਮੰਨਿਆ, ਪਰ ਚੀਜ਼ ਲੈਣੀ ਆ ਪੁੱਛ ਕੇ ਤਾਂ ਲਵੇ ਨਾ। ਆਹ ਇਹ ਤਾਂ ਗੱਲ ਹੈਗੀ ਆ, ਪੁੱਛ ਨਾ ਗਿਆਗਾ ਉਹਦੇ ਮੇਰੀਆਂ ਬਿਨਾ ਪੁੱਛੇ ਲੰਬਾਰੀਆਂ ਖੋਲੀ ਜਾਂਦੇ ਆ, ਪਹਿਲਾਂ ਮੇਰੀ ਛਾਲ ਲਵਾ ਲਈ ਹੁਣ ਮੇਰੇ ਸੂਟ ਲੈ ਲਏ ਆ। ਮੈਂ ਆਪਣੇ ਪੇਕੇ ਨਹੀਂ, ਮੈਂ ਤਾਂ ਕਦੇ ਉੱਥੇ ਚੁੱਕ ਕੇ ਨਹੀਂ ਲਿਆਉਂਦੀ ਕੋਈ ਚੀਜ਼ਾਂ ਇੱਦਾਂ। ਤੈਨੂੰ ਪਤਾ ਉਹਦੀ ਆਤੀ ਇੱਦਾਂ ਦੀ ਆ, ਜਿਹੜੀ ਚੀਜ਼ ਮੈਂ ਪੁੱਛ ਕੇ ਲਿਆਉਂਦੀ ਆ ਇਹ ਵੀ ਮੈਨੂੰ ਪੁੱਛ ਕੇ ਲੈਣ ਨਾਲ ਮੈਂ ਕਿਹੜਾ ਮਨਾ ਕਰਨ ਲੱਗੀ। ਚੱਲ ਕੋਈ ਗੱਲ ਨਹੀਂ, ਤੂੰ ਉਹਨੂੰ ਕੁਝ ਨਾ ਕਹੀਂ ਤੇ ਮੈਂ ਉਦਾਂ ਨੂੰ ਸਮਝਾਉਂਗਾ। ਜਗਾ ਸਮਝਾ
ਆਹੋ ਕੋਈ ਨੀ ਤੂੰ ਨਾ ਕੋਈ ਗੱਲ ਕਰੀ ਜਾਂਦੇ ਨਾ ਚੱਲ ਆ ਚਾਹ ਆ ਹੋਰ ਕਿੱਦਾਂ ਕੰਮ ਕਰ ਵਧੀਆ ਠੀਕ ਠਾਕ ਤੁਸੀਂ ਸੁਣਾਓ ਬਸ ਵਧੀਆ ਵਧੀਆ ਹੋਰ ਕਦੋਂ ਉਤਰੇ ਫਿਰ ਮੈਨੂੰ ਹੋ ਗਿਆ ਅੱਧਾ ਘੰਟਾ ਹੀ ਠੀਕ ਆ ਠੀਕ ਆ ਘਰ ਪਰਿਵਾਰ ਵਧੀਆ ਸਭ ਵਧੀਆ ਵਧੀਆ ਸਾਰੇ ਹੋਰ ਭਾਈ ਠੀਕ ਠਾਕ ਵਧੀਆ ਵਧੀਆ ਸਾਰੇ ਚਾਹ ਬਣਾ ਲਿਆ ਚਾਹ ਤੂੰ ਚਾਹ ਬਣਾ ਲਿਆ ਕੱਪੜੇ ਪਿਆ ਕਰ ਸਮਾਨ ਚਾਹੀਦਾ ਨੀ ਆਪੇ ਮਗਰੋਂ ਲੱਗ ਜੂ ਪਤਾ ਤੇ ਲੱਗ ਜਾਏ ਮੈਂ ਤਾਂ ਹੁਣ ਜਾਵਾਂ ਮੈਂ ਜਾਣ ਲੱਗਿਆ ਕੀ ਪਾਇਆ ਬੈਗ 'ਚ ਕੀ ਨਹੀਂ ਅੱਗੇ ਵੀ ਤਾਂ ਮੈਂ ਇੱਦਾਂ ਹੀ ਕਰਦੀ ਹਾਂ ਚੁੱਪ ਕਰਕੇ ਇੱਧਰ ਰੱਖ ਲੈਣਾ ਗੱਡੀ 'ਚ ਨਾ ਸਾਹਿਜ ਨੇ ਪੁੱਛਣਾ ਆ ਸਹਿਜ ਆ ਮਾੜੀ ਜੀ ਗੱਡੀ ਕੋਲੇ ਮੈਂ ਸਮਾਨ ਰੱਖਣਾ ਚਲੋ ਮੈਂ ਉਹਨਾਂ ਨਾਲ ਸਮਾਨ ਰੱਖ ਲਈਏ ਚਲੋ ਠੀਕ ਆ ਵਿਖਾ ਲਓ ਹਾਂ ਆ ਮੈਂ ਕਿਹਾ ਸਮਾਨ ਰੱਖ ਲਈ ਗੱਡੀ 'ਚ ਮਣੀ ਨਾ ਬੈਗ ਮੈਂ ਲੈ ਗਈ ਕੱਪੜੇ ਉੱਥੋਂ ਹੀ ਬੈਗ ਤੂੰ ਨਿਕਲ ਜਾ ਖੜਿਆ ਸੀ ਉਹ ਇੱਚ ਹੀ ਪਾ ਲਿਆ ਨਾ ਪਾ ਗਈ ਆ ਇਹ ਸਮਾਨ ਮੇਰਾ ਪਾ ਸਮਾਨ ਤੇਰਾ ਹੈ ਹੀ ਨਹੀਂ ਆ ਉਹ ਮੇਰਾ ਹੀ ਆ ਸਮਾਨ ਕਿਹਦਾ ਦੱਸ ਮੈਂ ਕਹਿੰਦੀ ਮੇਰਾ ਸਮਾਨ ਦੱਸ ਅੱਗੇ ਵੀ ਤਾਂ ਮੈਂ ਖੜਦੀ ਆ ਆ ਸਮਾਨ ਕਿਹਦਾ ਜਿਹੜਾ ਫੜਿਆ ਤੂੰ ਬੈਗ ਤੂੰ ਨਿਕਲ ਲਿਆ ਗਈ ਮੈਂ ਕਹਿਣਾ ਉਹ ਨਿੱਕੇ ਬੈਗ ਵਾਲੇ ਕੱਪੜੇ ਫਿਰ ਮੈਂ ਭਾਬੀ ਦੇ ਵੱਡੇ ਬੈਗ 'ਚ ਪਾਲੇ ਆ ਕੱਪੜੇ ਤੇਰੇ ਚਾਰ ਕੀ ਬੈਗ ਤੇਰਾ ਸਾਰਾ ਭਰਿਆ ਵਾ ਕੀ ਦੱਸ ਚੱਲ ਚੁੱਪ ਕੇ ਦੱਸਿਓ ਨਾ ਭਾਬੀ ਦੇ ਸੂਟ ਪਾਏ ਮੇਰੇ 'ਚ ਸ਼ਰਮ ਤਾਂ ਨਹੀਂ ਆਉਂਦੀ ਤੈਨੂੰ ਉਹ ਕੋਈ ਨਹੀਂ ਫਿਰ ਗਈ ਆ ਇਧਰ ਆ ਭਾਬੀ ਆ ਸਮਾਨ ਕਿਹਦਾ ਹੈ ਤਾਂ ਭਾਜੀ ਮੇਰਾ ਹੀ ਆ ਤੇ ਫਿਰ ਕੋਈ ਗੱਲ ਨਹੀਂ ਚਲੋ ਫਿਰ ਗਈ ਆ ਤੁਹਾਨੂੰ ਪੁੱਛਿਆ ਨਹੀਂ ਕਰ ਲੱਗਾ ਪੁੱਛਿਆ ਤਾਂ ਨਹੀਂ ਹੈਗਾ ਚੱਲ ਕੋਈ ਨਹੀਂ ਭਾਈਆ ਫਿਰ ਕੀ ਆ ਉਧਰ ਆ ਬੀਬੀ ਭਾਈਆ ਕੋਈ ਗੱਲ ਨਹੀਂ ਫਿਰ ਕੀ ਦੱਸ ਉਹ ਨਹੀਂ ਯਾਰ ਉਹ ਨਹੀਂ ਚਲੋ ਕੋਈ ਨਹੀਂ ਤੂੰ ਦੱਸ ਵੀ ਪੁੱਛਿਆ ਮੈਂ ਅੱਗੇ ਵੀ ਲੱਗ ਜਾਂਦੀ ਹਰ ਵਾਰੀ ਤੂੰ ਮੈਂ ਜਿਹੜੀ ਜਵਾਬ ਪੁੱਛਣਾ ਪੁੱਛਿਆ ਨਹੀਂ ਪੁੱਛਿਆ ਬੀਬੀ ਤੋਂ ਪੁੱਛਿਆ ਨਹੀਂ ਤੇ ਫਿਰ ਚਲ ਭਾਈਆ ਕੋਈ ਗੱਲ ਨਹੀਂ ਨਹੀਂ ਯਾਰ ਦੱਸ ਕੇ ਲੈ ਲੈ ਬਸ ਸੌ ਚੀਜ਼ਾਂ ਲੈ ਲੈ ਭਾਬੀ ਕਹਿੰਦੀ ਨੀ ਕੁਛ ਏਦਾਂ ਦਾ ਕਰਿਆ ਕਰ ਪੁੱਛ ਲਿਆ ਗੱਲ ਨੂੰ ਹੱਥ ਮਾਰ ਮਣੀ ਪਤਾ ਕੀ ਕਰਿਆ ਕਰ ਤੂੰ ਪੁੱਛ ਕੇ ਲੈ ਜਾ ਕਰ ਉਹ ਤੇ ਮੈਂ ਕਹਿਣਾ ਨਾ ਤੂੰ ਪੁੱਛਿਆ ਨਾ ਕਿਛਿਆ ਭਾਬੀ ਦੇ ਸੂਟ ਦੂਜ ਸਾਰਾ ਕੁਝ ਜਵੈਲਰੀ ਸਾਰੀ ਨਾਲ ਲੈ ਗਈ ਆ
ਇੱਦਾਂ ਕਰਿਆ ਕਰ ਮਾੜਾ ਜਿਹਾ ਦੱਸ ਦੇਈਦਾ ਹੁੰਦਾ ਭਾਬੀ ਜੀ ਮੈਂ ਆਹ ਚੀਜ਼ ਖਾ ਲੈ ਜਿਹੜੀ ਚੀਜ਼ ਦੀ ਲੋੜ ਆ ਤੂੰ ਦੱਸ ਮੈਨੂੰ ਦੱਸ ਮੈਂ ਤੈਨੂੰ ਲਿਆ ਕੇ ਦਵਾਂ ਹਾਂਜੀ ਬਿਨਾਂ ਦੱਸੇ ਸਾਰਾ ਕੁਝ ਚੁੱਕੀ ਜਾਂਦੀ ਯਾਰ ਤੂੰ ਜਵਾਬ ਦੇ ਹੁਣ ਮੈਨੂੰ ਚੱਲ ਕੋਈ ਨਹੀਂ ਭਾਈਆ ਛੱਡ ਦੀਦੀ ਵੀ ਆਉਂਦੇ ਨਾ ਆਪਣੇ ਘਰੇ ਕਿੰਨਾ ਸਮਾਨ ਖੜਦੀ ਉਹ ਜਿਹੜੀ ਚੀਜ਼ ਲੋੜ ਹੁੰਦੀ ਮੇਰੇ ਤੋਂ ਮੰਗ ਲੈਂਦੀ ਆ ਵੀ ਸਹਿਜ ਮੈਨੂੰ ਆਹ ਚੀਜ਼ ਦੀ ਲੋੜ ਆ ਮੰਗਣੀ ਵੀ ਜ਼ਰੂਰ ਚਾਹੀਦੀ ਆ ਜੇ ਤੈਨੂੰ ਚੀਜ਼ ਕੋਈ ਪਸੰਦ ਆ ਤੇ ਮੰਗ ਉਹਨਾਂ ਕੋਲ ਮੇਰੇ ਕੋਲ ਮੰਗ ਤੂੰ ਪਹਿਲੀ ਗੱਲ ਤਾਂ ਤੂੰ ਮੇਰੇ ਕੋਲ ਮੰਗ ਸ਼ਾਬਾਸ਼ ਮਣੀ ਤੇਰੇ ਬਹੁਤ ਸੋਹਣੀ ਮੈਂ ਕਰਤੂਤ ਤੇਰੀ ਆ ਜਿਹੜੀ ਬੜਾ ਸੋਹਣਾ ਤੇ ਨਾਮ ਬਣਾਉਣ ਦੀ ਆ ਚੱਲ ਕੋਈ ਨੀ ਛਾਪ ਰੱਖ ਲਾ ਤੂੰ ਕੋਈ ਗੱਲ ਨੀ ਚੰਗੀ ਲੱਗਦੀ ਰੱਖ ਲਾ ਕੋਈ ਨੀ ਰੱਖ ਲਾ ਨਹੀਂ ਭਾਬੀ ਦੀ ਮੈਂ ਉਦਾਂ ਹੀ ਪਾਈ ਸੀ ਮੈਨੂੰ ਸੋਹਣੀ ਲੱਗੀ ਤੇ ਵਾਪਸ ਕਿੰਨੇ ਕਰਨੀ ਫਿਰ ਹਲੋ ਰੱਖ ਲੈਣੀ ਰੱਖੋ ਭਾਬੀ ਦੀ ਇਹਦਾ ਦਿਮਾਗ ਖਰਾਬ ਹੋਇਆ ਇਹਦਾ ਤੇ ਸਭ ਕੁਝ ਹੈਗਾ ਘਰੇ ਕਿਹੜੀ ਨਹੀਂ ਚੀਜ਼ ਹੈਗੀ ਕੋਈ ਜੇ ਤੈਨੂੰ ਕੋਈ ਚੀਜ਼ ਵਧੀਆ ਲੱਗਦੀ ਤੂੰ ਮੰਗ ਉਹਨਾਂ ਕੋ ਚੱਲ ਮੰਗ ਲਿਆ ਚੱਲ ਕੋਈ ਨੀ ਭਾਈਆ ਛੱਡ ਹੁਣ ਕੋਈ ਗੱਲ ਨੀ ਰੱਖਦਾ ਸਾਰਾ ਸਮਾਨ ਗੱਲ ਨੀ ਕਰਦੀ ਏਦਾਂ ਰੱਖੋ ਭਾਬੀ ਸਮਾਨ ਤੁਸੀਂ ਆਪਣਾ ਦੱਸ ਕੇ ਲੈ ਜਾ ਕਰ ਚੰਗਾ ਚੱਲ ਚਲੀਏ ਬੈਗ ਫੜ ਆਪਣਾ ਜਿਹੜਾ ਤੇਰਾ ਹੈਗਾ ਵਾ ਚਲੋ ਚੰਗਾ ਜੀ ਚੱਲੇ ਫਿਰ ਹਾਂ ਜੀ ਕੋਈ ਨੀ ਮਾਰਦੇ ਕਿਹੜਾ ਫਿਰ ਚਲੋ ਠੀਕ ਆ ਫਿਰ ਚੰਗਾ ਬੀਬੀ ਚੰਗਾ ਫਿਰ ਤੂੰ ਵੱਡੀ ਹੋ ਗਈ